ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੈਸ ਟਿਊਟਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਰ। ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਲਾਸ 9th ਦਾ ਚੈਪਟਰ 13, ਸਰਫੇਸ ਏਰੀਆ ਐਂਡ ਵੋਲੀਅਮ, ਐਕਸਰਸਾਈਜ਼ 13.1 ਦਾ ਕੁਐਸਚਨ 2, ਜਿਸ ਵਿੱਚ ਇਹ ਕਹਿ ਰਿਹਾ ਦਾ ਲੈਂਥ, ਬ੍ਰੈਥ ਐਂਡ ਹਾਈਟ ਆਫ ਅ ਰੂਮ ਆਰ 5 ਮੀਟਰ, 4 ਮੀਟਰ ਐਂਡ 3 ਮੀਟਰ ਰਿਸਪੈਕਟਿਵਲੀ। ਰਿਸਪੈਕਟਿਵਲੀ ਮੀਨਸ ਕੀ ਹੈ ਕਿ ਦਾ ਲੈਂਥ ਲੈਂਥ ਕਿੰਨੀ ਹੈ 5 ਮੀਟਰ, ਬ੍ਰੈਥ ਹੈਗੀ ਆਪਣੇ ਕੋਲ 4 ਮੀਟਰ ਐਂਡ ਹਾਈਟ ਹੈ ਆਪਣੇ ਕੋਲ 3 ਮੀਟਰ। ਫਾਈਂਡ ਦਾ ਕੋਸਟ ਆਫ ਵਾਈਟ ਵਾਸ਼ਿੰਗ ਦਾ ਵਾਲਸ ਆਫ ਦਾ ਰੂਮ ਐਂਡ ਕੀ ਕਹਿ ਰਿਹਾ, ਕਹਿੰਦਾ ਫਾਈਂਡ ਦਾ ਕੋਸਟ, ਤੁਸੀਂ ਕੋਸਟ ਫਾਈਂਡ ਕਰਨੀ ਹੈ ਕਿਸ ਦੀ, ਵਾਈਟ ਵਾਸ਼ਿੰਗ ਦਾ ਵਾਲਸ ਮਤਲਬ ਕਿ ਵਾਲਸ ਨੂੰ ਤੁਸੀਂ ਪੇਂਟ ਕਰਵਾਉਣਾ ਹੈ ਆਫ ਦਾ ਰੂਮ, ਰੂਮ ਨੂੰ ਐਂਡ ਦਾ ਸੀਲਿੰਗ, ਸੀਲਿੰਗ ਮੀਨ ਛੱਤ, ਛੱਤ ਨੂੰ ਵੀ ਕਰਵਾਉਣਾ ਹੈ ਐਟ ਦਾ ਰੇਟ ਆਫ 7 ਰੁਪੀਸ 50 ਪਰ ਮੀਟਰ ਸਕੇਅਰ। 7.5 ਰੁਪਏ ਪਰ ਮੀਟਰ ਸਕੇਅਰ ਦੇ ਰੇਟ ਦੇ ਨਾਲ ਪੇਂਟ ਦਾ ਕੰਮ ਹੋਏਗਾ। ਸਰਫੇਸ ਏਰੀਆ ਵਾਲੇ ਕੁਐਸਚਨ ਹਮੇਸ਼ਾ ਦੋ ਤਰੀਕੇ ਦੇ ਨਾਲ ਫਾਈਂਡ ਆਊਟ ਹੁੰਦੇ ਨੇ, TSA ਐਂਡ LSA। TSA ਮੀਨਸ ਟੋਟਲ ਸਰਫੇਸ ਏਰੀਆ, LSA ਮੀਨਸ ਲੈਟਰਲ ਸਰਫੇਸ ਏਰੀਆ। ਟੋਟਲ ਸਰਫੇਸ ਏਰੀਆ ਦੇ ਵਿੱਚ ਟੌਪ ਐਂਡ ਬੋਟਮ ਦੋਨੋਂ ਇਨਕਲੂਡ ਹੁੰਦੇ ਆ, ਬੋਥ ਇਨਕਲੂਡ। ਲੈਟਰ ਸਰਫੇਸ ਏਰੀਆ ਦੇ ਵਿੱਚ ਟੌਪ ਐਂਡ ਬੋਟਮ ਇਨਕਲੂਡ ਨਹੀਂ ਹੁੰਦੇ, ਨਾਟ ਇਨਕਲੂਡ। ਤੋਂ ਇਸ ਕੁਐਸਚਨ ਦੇ ਵਿੱਚ ਉਹ ਕੀ ਕਹਿ ਰਿਹਾ ਕਿ ਅਸੀਂ ਵਾਈਟ ਵਾਸ਼ ਕਰਾਉਣਾ ਹੈ, ਪੇਂਟ ਕਰਾਉਣਾ ਹੈ ਵਾਲਸ ਨੂੰ, ਰੂਮ ਦੀਆਂ ਵਾਲਸ ਨੂੰ ਐਂਡ ਸੀਲਿੰਗਸ ਨੂੰ, ਮਤਲਬ ਕਿ ਛੱਤ ਕਰਵਾਉਣੀ ਹੈ ਤੇ ਵਾਲਸ ਕਰਵਾਉਣੀ ਹੈ, ਪਰ ਇਹ ਜਿਹੜਾ ਫਰਸ਼ ਹੈ ਗਰਾਊਂਡ ਇਹ ਨਹੀਂ ਕਰਵਾਉਣਾ। ਸੋ ਇਸ ਕੁਐਸਚਨ ਨੂੰ ਅਸੀਂ ਕੀ ਕਰਾਂਗੇ, ਟੋਟਲ ਸਰਫੇਸ ਏਰੀਆ ਦੇ ਵਿੱਚੋਂ, TSA ਦੇ ਵਿੱਚੋਂ ਨੀਚੇ ਵਾਲਾ ਜਿਹੜਾ ਫਰਸ਼ ਗਰਾਊਂਡ ਜੋ ਹੈ ਇਹ ਕਿਸ ਸ਼ੇਪ ਦਾ ਹੈ, ਰੈਕਟੈਂਗਲ ਸ਼ੇਪ ਦਾ। ਤੋ ਰੈਕਟੈਂਗਲ ਦਾ ਕੀ ਫਾਰਮੂਲਾ ਹੁੰਦਾ, ਰੈਕਟੈਂਗਲ ਆਫ ਏਰੀਆ ਲੈਂਥ ਇਨਟੂ ਬ੍ਰੈਥ, ਇਸ ਨੂੰ ਅਸੀਂ ਮਾਈਨਸ ਕਰ ਦਾਂਗੇ। ਸੋ ਪਹਿਲਾਂ ਇਸ ਦੀਆਂ ਡਾਇਮੈਂਸ਼ਨ ਲਿਖਦੇ ਹਾਂ, ਲੈਂਥ 5 ਮੀਟਰ, ਬ੍ਰੈਥ 4 ਮੀਟਰ ਐਂਡ ਹਾਈਟ 3 ਮੀਟਰ। TSA ਦਾ ਫਾਰਮੂਲਾ ਫਸਟ ਕੁਐਸਚਨ ਵਿੱਚ ਵੀ ਅਸੀਂ ਡਿਸਕਸ ਕੀਤਾ ਸੀ, 2LB+BH+HL। ਹੁਣ ਇਸ ਦੇ ਵਿੱਚ ਅਸੀਂ ਕੀ ਕਰਨਾ ਹੈ, ਲੈਂਥ ਐਂਡ ਬ੍ਰੈਥ ਇਸ ਨੂੰ ਮਾਈਨਸ ਕਰ ਦੇਣਾ ਹੈ। ਬ੍ਰੈਕਟ ਓਪਨ ਕਰ ਲਾਂਗੇ, 2LB+2BH+2HL। ਬ੍ਰੈਕਟ ਓਪਨ ਲਈ ਕੀ ਅਸੀਂ ਕੀਤਾ, 2 ਨੂੰ ਪਹਿਲਾਂ LB ਨਾਲ ਮਲਟੀਪਲਾਈ ਕਰਤਾ, ਫਿਰ 2 ਨੂੰ BH ਨਾਲ ਕਰ ਦਿੱਤਾ, ਫਿਰ 2 ਨੂੰ HL ਨਾਲ ਮਾਈ, ਫਿਰ 2 ਨੂੰ HL ਨਾਲ ਮਲਟੀਪਲਾਈ ਕਰ ਦਿੱਤਾ। ਬਾਹਰ ਕੀ ਸੀ ਸਾਡੇ ਕੋਲ, LB। ਹੁਣ ਇਹ 2LB ਐਂਡ ਸਿੰਗਲ LB ਮੀਨਸ 1LB, ਇਸ ਦੇ ਨਾਲ ਕੁਝ ਨਹੀਂ ਲੱਗਿਆ ਤਾਂ ਅਸੀਂ ਮੰਨਾਂਗੇ 1LB। 2LB ਵਿੱਚੋਂ 1LB ਨੂੰ ਮਾਈਨਸ ਕਰ ਦਾਂਗੇ ਤਾਂ ਸਾਡੇ ਕੋਲ ਕੀ ਬਚੇਗਾ, LB ਯਾਨੀ 1LB+2BH+2HL। ਤੁਹਾਨੂੰ ਫਾਰਮੂਲੇ ਦੀ ਸਮਝ ਆਣੀ ਚਾਹੀਦੀ ਆ, ਤੇ ਹੁਣ ਤੁਸੀਂ ਕੀ ਕਰਨਾ, ਸਿੰਪਲ ਵੈਲਿਊ ਪੁੱਟ ਕਰਨੀ ਹੈ ਐਂਡ ਮਲਟੀਪਲਾਈ ਕਰ ਦੇਣਾ, ਆਂਸਰ ਆ ਜਾਏਗਾ। ਬਹੁਤ ਹੀ ਸਿੰਪਲ ਕੁਐਸਚਨ ਨੇ, ਬਸ ਥੋੜਾ ਜਿਹਾ ਤੁਹਾਨੂੰ ਫਾਰਮੂਲੇ ਤੇ ਪਕੜ ਬਣਾਉਣ ਦੀ ਲੋੜ ਹੈ ਔਰ ਇਹ ਕੁਐਸਚਨ 1 ਮਿੰਟ ਦੇ ਵਿੱਚ ਸੋਲਵ ਹੋ ਜਾਂਦਾ ਹੈ। ਹੁਣ ਦੇਖੋ ਸਿੰਪਲ ਅਸੀਂ ਵੈਲਿਊ ਪੁੱਟ ਕਰਾਂਗੇ, L ਦੀ ਵੈਲਿਊ 5, B ਦੀ ਵੈਲਿਊ 4। ਇੱਥੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਜਿਹੜੀ ਵੈਲਿਊਜ਼ ਨੇ ਇਹ ਬ੍ਰੈਕਟ ਦੇ ਵਿੱਚ ਪੁੱਟ ਕਰ ਦੇਣੀ ਆ। ਇਹ ਜੋ L ਐਂਡ B ਇਕੱਠਾ ਲਿਖਿਆ ਇਸ ਦਾ ਮਤਲਬ ਕੀ ਹੈ ਕਿ ਇਹਨਾਂ ਦੋਨਾਂ ਵਿੱਚ ਕੋਈ ਸਾਈਨ ਨਹੀਂ, ਤਾਂ ਅਸੀਂ ਕੀ ਮੰਨਦੇ ਆ, ਮਲਟੀਪਲਾਈ, ਇਹਨਾਂ ਨੂੰ ਮਲਟੀਪਲਾਈ ਕਰਨਾ। ਪਲੱਸ 2 ਫਾਰਮੂਲੇ ਵਾਲਾ, ਫਿਰ B ਦੀ ਵੈਲਿਊ 4, H ਦੀ ਵੈਲਿਊ 3, ਪਲੱਸ 2, H ਦੀ ਵੈਲਿਊ 3, L ਦੀ ਵੈਲਿਊ 5। ਸਿੰਪਲ ਮਲਟੀਪਲਾਈ ਕਰ ਦਾਂਗੇ, 5 4 ਦਾ 20, ਪਲੱਸ 2 4 ਦਾ 8, 8 3 ਦਾ 24, ਪਲੱਸ 2 3 ਦਾ 6, 6 5 ਦਾ 30, ਇਸ ਨੂੰ ਪਲੱਸ ਕਰ ਦਾਂਗੇ, 74 ਮੀਟਰ ਸਕੇਅਰ। ਇਹ ਸਾਡੇ ਕੋਲ ਇਸ ਦਾ ਆਂਸਰ ਆ ਗਿਆ। ਹੁਣ ਅਸੀਂ ਇਸ ਕੁਐਸਚਨ ਦੇ ਵਿੱਚ ਇਸਦੀ ਕੋਸਟ ਫਾਈਂਡ ਕਰਨੀ ਹੈ, ਤਾਂ ਕੁਐਸਚਨ ਵਿੱਚ ਸਾਨੂੰ ਕਹਿ ਰਿਹਾ ਸੀ ਕਿ 1 ਮੀਟਰ ਸਕੇਅਰ ਦੀ ਕੋਸਟ ਸਾਡੇ ਕੋਲ ਹੈ 7.50 ਰੁਪੀਸ, ਤਾਂ 74 ਮੀਟਰ ਸਕੇਅਰ ਏਰੀਆ ਇਸ ਨੂੰ ਮਲਟੀਪਲਾਈ ਕਰ ਦਾਂਗੇ, 750 ਨੂੰ ਮਲਟੀਪਲਾਈ ਕਰ ਦਾਂਗੇ 74 ਦੇ ਨਾਲ, ਤਾਂ ਸਾਡੇ ਕੋਲ ਆਂਸਰ ਆ ਜਾਏਗਾ 5550। 2 ਛੱਡ ਕੇ ਪੁਆਇੰਟ ਲੱਗਿਆ, ਤਾਂ ਹਮਨੇ 2 ਛੱਡ ਕੇ ਅਸੀਂ ਪੁਆਇੰਟ ਲਗਾ ਦੇਣਾ ਹੈ, 1 2। ਫਾਈਨਲ ਆਂਸਰ ਆਇਆ 5550
रुपीस। इस चैनल के नाल तुसी जुड़े रहे हो क्योंकि इस चैनल के उत्ते मैं तुहानू सारा 9th का सिलेबस एंड जो 9th वाले स्टूडेंट ने उन्हां दा 9th का सिलेबस, जो 10th वाले स्टूडेंट ने 10th का सिलेबस एंड जो 8th वाले स्टूडेंट ने उन्हां दा 8th का सिलेबस पूरा कवर करवाऊंगा। सो इस करके तुसी जुड़े रहे चैनल के नाल। थैंक यू वेरी मच।